ਜਿੱਥੇ ਲੱਗਣ ਬ੍ਰੇਕਾਂ ਉੱਥੇ ਲਾਉਂਦੇ ਫਿਰ ਹੇਕਾ ਮੁੰਡਾ ਇੱਕ ਪਾਸੇ ਫਾਇਰ ਦੂਜਾ ਬੀਟ ਕੱਢਦਾ। ਜੇ ਆਪਾਂ ਕਿਸੇ ਨੂੰ ਸਵਾਲ ਕਰੀਏ ਕਿ ਗਾਣੇ ਕਿਉਂ ਹੁੰਦੇ ਨੇ ਤਾਂ ਜ਼ਿਆਦਾਤਰ ਲੋਕਾਂ ਦਾ ਇਹੀ ਜਵਾਬ ਹੋਊਗਾ ਕਿ ਗਾਣੇ ਤਾਂ ਇੰਟਰਟੇਨਮੈਂਟ ਦੇ ਲਈ ਹੁੰਦੇ ਨੇ, ਪਰ ਕੁਝ ਲੋਕ ਚੱਕਵੇਂ ਗਾਣੇ ਸੁਣ ਕੇ ਕੁਝ ਜ਼ਿਆਦਾ ਫੀਲ ਲੈ ਜਾਂਦੇ ਨੇ ਅਤੇ ਪੰਪ ਦੇ ਵਿੱਚ ਆ ਜਾਂਦੇ ਨੇ, ਅਤੇ ਕੋਈ ਅਜਿਹਾ ਗਲਤ ਕੰਮ ਕਰ ਬੈਠਦੇ ਨੇ ਜਿਹੜੇ ਉਹਨਾਂ ਨੂੰ ਚੱਕਰਾਂ ਦੇ ਵਿੱਚ ਪਾ ਦਿੰਦਾ ਹੈ। ਫਿਰ ਇਹ ਚੱਕਰਾਂ ਦੇ ਵਿੱਚ ਆਉਣ ਵਾਲਾ ਅਤੇ ਪੰਪ ਛਕਣ ਵਾਲਾ ਬੰਦਾ ਉਸ ਗਾਣੇ ਨੂੰ ਗਾਉਣ ਵਾਲਾ ਸਿੰਗਰ ਹੀ ਖੁਦ ਹੋਵੇ, ਫਿਰ ਤਾਂ ਗੱਲ ਸੋਚਣ ਵਾਲੀ ਬਣਦੀ ਹੈ। ਅਜਿਹਾ ਹੀ ਹੋਇਆ ਫਗਵਾੜਾ ਵਿਖੇ, ਜਿੱਥੇ ਦੇ ਪੰਜਾਬੀ ਸਿੰਗਰ ਜੋੜਾ ਫਗਵਾੜਾ ਨੇ ਕੋਈ ਅਜਿਹਾ ਕੰਮ ਕਰ ਦਿੱਤਾ ਜਿਹੜਾ ਉਹਨਾਂ ਦੇ ਲਈ ਮੁਸੀਬਤ ਬਣ ਗਿਆ। ਜੋੜਾ ਫਗਵਾੜਾ ਉਹੀ ਪੰਜਾਬੀ ਸਿੰਗਰ ਹੈ ਜਿਹੜਾ ਆਪਣੇ ਚੱਕਵੇਂ ਗਾਣੇ ਦੇ ਵਿੱਚ ਕੁਝ ਅਜਿਹੀਆਂ ਗੱਲਾਂ ਵੀ ਕਰਦਾ। ਸਰਕਾਰ ਤਾਂ ਸਾਡੀ ਆਪਣੀ ਹੈ, ਉਤੋਂ ਬੰਦੇ ਨਾਲ ਦੇ ਧਾਕੜਿਆ ਰੱਖੀ ਦਾ ਅਸਰਾਰ ਹੇਲੀਆਂ ਤੇ ਕਿਵੇਂ ਹੋਜੂ ਪਰਚਾ ਵੇਲੀਆਂ। ਸਰਕਾਰ ਤਾਂ ਸਾਡੀ ਆਪਣੀ ਹੈ, ਕਿਵੇਂ ਹੋਜੂ ਪਰਚਾ ਵੇਲੀਆਂ ਤੇ। ਲੱਗਦਾ ਜੋੜਾ ਫਗਵਾੜਾ ਆਪਣੇ ਵੱਲੋਂ ਗਾਏ ਗਏ ਇਸ ਗਾਣੇ ਦੇ ਬੋਲਾਂ ਨੂੰ ਕੁਝ ਜ਼ਿਆਦਾ ਹੀ ਸੀਰੀਅਸ ਲੈ ਗਿਆ ਅਤੇ ਇਹਨਾਂ ਬੋਲਾਂ ਦੀ ਚੱਕ ਦੇ ਵਿੱਚ ਆ ਕੇ ਗਲਤ ਕੰਮ ਕਰ ਬੈਠਿਆ। ਜੋੜਾ ਫਗਵਾੜਾ ਨੇ ਆਪਣੀ ਰੰਜਿਸ਼ ਚੱਲਦੀ ਹੋਣ ਦੇ ਕਾਰਨ ਕੁਝ ਕਿਰਾਏ ਤੇ ਬੰਦੇ ਲਏ ਅਤੇ ਆਪਣੇ ਕਿਸੇ ਕਰੀਬੀ ਦੇ ਘਰ ਦੇ ਬਾਹਰ ਫਾਇਰਿੰਗ ਕਰ ਦਿੱਤੀ। ਬਸ ਫਿਰ ਕੀ ਸੀ, ਪੁਲਿਸ ਨੇ ਆਪਣੀ ਕਾਰਵਾਈ ਕਰਦੇ ਹੋਏ ਜੋੜਾ ਫਗਵਾੜਾ ਨੂੰ ਚੱਕ ਲਿਆ। ਲੱਗਦਾ ਹੁਣ ਤਾਂ ਸਾਰੇ ਪ੍ਰੋਗਰਾਮ ਜੇਲ੍ਹ ਦੇ ਵਿੱਚ ਹੀ ਲੱਗਣਗੇ। ਅਤੇ ਦੋਸਤੋ ਦੱਸ ਦਈਏ, ਜੋੜਾ ਫਗਵਾੜਾ ਉਹੀ ਸਿੰਗਰ ਹੈ ਜਿਹੜਾ ਕਿ ਵਿਗ ਵਰਡ ਦੇ ਬ੍ਰਾਊਨ ਬੋਇਜ਼ ਗਰੁੱਪ ਦੇ ਵਿੱਚ ਵੀ ਕਾਫੀ ਗਾਣੇ ਕਰ ਚੁੱਕੇ ਹੈ ਅਤੇ ਸਿੱਧੂ ਮੂਸੇਵਾਲੇ ਦਾ ਵੀ ਕਰੀਬੀ ਰਿਹਾ। ਬਾਕੀ ਦੋਸਤੋ ਤੁਸੀਂ ਇਸ ਸਾਰੇ ਮਸਲੇ ਬਾਰੇ ਕੀ ਸੋਚਦੇ ਹੋ? ਆਪਣੇ ਵਿਚਾਰ ਕਮੈਂਟਾਂ 'ਤੇ ਜ਼ਰੂਰ ਦਿਓ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਤੁਹਾਡੀ ਕੀ ਸੋਚ ਹੈ। ਸੋ ਦੋਸਤੋ, ਇਹ ਸੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਇੱਕ ਤਾਜ਼ਾ ਖਬਰ ਜਿਸ ਦੇ ਵਿੱਚ ਜੋੜਾ ਫਗਵਾੜਾ ਆਪਣੀ ਇਸ ਜੋ ਗੱਲਬਾਤ ਉਹਨਾਂ ਨੇ ਕੀਤੀ ਹੈ ਉਸ 'ਤੇ ਕਾਫੀ ਪਛਤਾ ਵੀ ਰਹੇ ਨੇ। ਅਤੇ ਇਸ ਖਬਰ ਦੇ ਵਿੱਚ ਇੰਨਾ ਹੀ, ਮਿਲਦੇ ਹਾਂ ਜਲਦ ਕਿਸੇ ਹੋਰ ਲੇਟੈਸਟ ਖਬਰ ਦੇ ਨਾਲ। ਉਹਨੇ ਸਮੇਂ ਤੱਕ ਲਈ ਅਨਲਿਮਿਟਡ ਗਿਆਨ ਨਾਲ ਬਣੇ ਰਹੋ ਅਤੇ ਇੰਡਸਟਰੀ ਦੀ ਹਰ ਤੇਜ਼ ਖਬਰ ਸਭ ਤੋਂ ਪਹਿਲਾਂ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈੱਲ ਵੀ ਔਨ ਕਰ ਲਓ। ਥੈਂਕ ਯੂ, ਧੰਨਵਾਦ, ਟੇਕ ਕੇਅਰ।